ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਵਾਗਤ ਆ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਦਾ ਆਪਣਾ ਤੀਜਾ ਦਿਨ ਆ ਸ੍ਰੀ ਅਨੰਦਪੁਰ ਸਾਹਿਬ 'ਚ। ਅਤੇ ਦੇਖਦੇ ਹਾਂ ਆਪਾਂ ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ। ਅਤੇ ਹੋਲੇ ਮਹੱਲੇ ਦੀਆਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਅੱਜ ਸਿੰਘਾਂ ਦੀਆਂ ਘੋੜ ਦੌੜਾਂ ਹੋਣਗੀਆਂ ਅਤੇ ਸ਼ਾਸਤਰਾਂ ਦੇ ਦਰਸ਼ਨ ਕਰਾਂਗੇ। ਅਤੇ ਹੋਰ ਵੀ ਬਹੁਤ ਕੁਛ ਹੋਲਾ ਮਹੱਲਾ ਦੇ ਵਿੱਚ ਦੇਖਣ ਵਾਲਾ ਹੁੰਦਾ ਵਾ, ਕਿਉਂਕਿ ਤੁਹਾਨੂੰ ਪਤਾ ਵਾ ਜਿਹੜਾ ਹੋਲਾ ਮਹੱਲਾ ਅਨੰਦਪੁਰ ਦਾ ਸਾਡੇ ਬਹੁਤ ਹੀ ਜਿਹੜਾ ਫੇਮਸ ਆ ਇੱਥੋਂ ਦਾ, ਪੰਜਾਬ ਦਾ। ਬਾਹਰ ਬੈਠੇ NRI ਵੀਰ ਜਿੰਨੇ ਵੀ ਆ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸਾਨੂੰ ਸਪੋਰਟ ਕਰਿਆ ਕਰੋ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਤੁਹਾਡੇ ਲਈ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਉਣ ਦਾ। ਆਓ ਚੱਲਦੇ। ਦੇਖੋ ਕਿੰਨਾ ਜ਼ਿਆਦਾ ਇਕੱਠ ਆ, ਬਹੁਤ ਜ਼ਿਆਦਾ ਜਿਹੜੀ ਸੰਗਤ ਆ ਹੋਲੇ ਮਹੱਲੇ ਵਾਲੇ ਦੇ। ਗੁਰਦੁਆਰਾ ਸਾਹਿਬ ਦਾ ਗੇਟ ਦੇਖੋ ਜੀ ਕਿੰਨਾ ਸੋਹਣਾ ਬਣਿਆ। ਇੰਨੀ ਗੱਲ ਕਹਿ ਕੇ ਸਾਜਰਾ ਤੀਰ ਛੱਡਿਆ, ਉਹ ਜਿੰਨੀ ਫੌਜ ਖਲੋਤੀ ਸੀ 10,000 ਬੰਦਾ ਇੱਕ ਦਮ ਹੀ ਮਰ ਗਿਆ। ਉਹ ਇਹ ਸੋਚ ਲੱਗੇ ਵੀ ਜੰਗ ਵੀ ਨੀ ਹੋਈ, ਕਿਸੇ ਨੇ ਆਣ ਕੇ ਕੁਝ ਕਿਹਾ ਵੀ ਨੀ, ਮਰ ਕਿੱਦਾਂ ਗਏ ਆ। ਕਵੀ ਸੰਤੋਖ ਸਿੰਘ ਜੀ ਗੱਲ ਦੱਸ, ਸਤਿਗੁਰਾਂ ਦੀ ਇੱਕ ਤੀਰ ਨੇ ਇੰਨੇ ਬੰਦੇ ਮਾਰਦੇ, ਇਹ ਸਹੀ ਕਰਕੇ ਮੁੜ ਕੇ ਉਹ ਜੰਗ ਜੀ ਨਹੀਂ ਵੱਧ ਉਹਨਾਂ ਦਾ। ਦੇਖੋ ਬਾਈ ਨੇ ਕਿੰਨੇ ਪਿਆਰ ਨਾਲ ਰੰਗ ਲਾਇਆ, ਹੈ ਨਾ। ਸੋ ਇੱਥੇ ਆਇਆ ਵੀ ਕੋਈ ਕਿਸੇ ਨੂੰ ਜਾਣਦਾ ਨੀਗਾ, ਹੈ ਨਾ। ਅਤੇ ਪਰਸਨਲੀ ਤੌਰ 'ਤੇ ਫਿਰ ਵੀ ਸਾਰੇ ਰਲ ਕੇ ਜਿਹੜਾ ਹੋਲਾ ਮਹੱਲਾ ਮਨਾ ਰਹੇ ਆ। ਇਕੱਠ ਵੇਖੋ ਕਿੰਨੇ ਜ਼ਿਆਦਾ ਆ ਜੀ, ਇਕੱਠ ਬਹੁਤ ਜ਼ਿਆਦਾ ਆ, ਬੇਹਿਸਾਬ ਵੇਖੋ। ਪੈਰ ਧਰਨ ਨੂੰ ਥਾਂ ਨਹੀਂ ਬਾਈ, ਇੰਨੀ ਜ਼ਿਆਦਾ ਸੰਗਤ। ਇੰਨੀ ਸੰਗਤ ਜਦੋਂ ਬੋਲੇ ਸੋਹਣੇ ਵਾਲ ਦਾ ਜਕਾਰਾ ਲਾਉਂਦੀ ਹੈ ਨਾ ਬਾਈ, ਗੂੰਜ ਪੈਂਦੀ ਹੈ ਦਿਲ ਤਾਈ। ਸੋ ਬਹੁਤ ਜ਼ਿਆਦਾ ਸੰਗਤ,
ਸੋ ਵੇਖੋ ਨਿਹੰਗ ਸਿੰਘ ਜਿਹੜੇ ਆ ਰਹੇ ਆ ਤੇ ਉਹਨਾਂ ਦੀ ਗੱਡੀ ਉੱਪਰ ਜਿਹੜੀਆਂ ਗੋਰੀਆਂ ਵਹੀ ਖੜੀਆਂ ਤੇ ਉਹ ਹੋਲੇ ਮਹੱਲੇ ਦਾ ਆਨੰਦ ਮਾਣ ਰਹੀਆਂ ਤੇ ਆਪਣੇ ਵੀ ਕੈਮਰੇ ਨੂੰ ਜਿਹੜਾ ਹੱਥ ਦਿਖਾ ਰਹੀਆਂ ਵੀ ਹਾਏ ਕਰ ਰਹੀਆਂ। ਸੋ ਵੇਖੋ ਤੇ ਇਹ ਆ ਜੀ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਤੇ ਨਿਹੰਗ ਸਿੰਘਾਂ ਦੇ ਜੱਥੇ ਵੇਖੋ ਆ ਰਹੇ ਆ ਸੱਜ ਧੱਜ ਕੇ ਹੈ ਨਾ ਘੋੜਿਆਂ ਦੇ ਉੱਪਰ ਸ਼ਸਤਰ ਧਾਰ ਕੇ ਤੇ ਵੱਖਰੇ ਵੱਖਰੇ ਬਾਈ ਆਹ ਵੇਖੋ ਸ਼ਸਤਰ ਮਿਲਦੇ ਆ ਜਿਹੜੇ ਕਿਤੇ ਆਪਾਂ ਵੇਖੇ ਵੀ ਨਹੀਂ ਹੋਣੇ ਹੈ ਨਾ ਤੇ ਇਹੀ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਤੇ ਇਹ ਹੁਣ ਫੌਜਾਂ ਜਿਹੜੀਆਂ ਜੀ ਇਹ ਗਰਾਊਂਡ ਵੱਲ ਜਾ ਰਹੀਆਂ ਤੇ ਉੱਥੇ ਗਰਾਊਂਡ ਦੇ ਉੱਪਰ ਘੋੜ ਦੌੜ ਹੁੰਦੀ ਆ ਤੇ ਹੋਰ ਜੌਹਰ ਦਿਖਾਉਂਦੇ ਆ ਖਾਲਸੇ ਤੇ ਬਹੁਤ ਹੀ ਦੇਖਣ ਵਾਲਾ ਹੁੰਦਾ ਤੇ ਆਪਾਂ ਹੁਣ ਵੇਖਾਂਗੇ ਚੱਲਦੇ ਹਾਂ ਤੇ ਦੇਖੋ ਨਿਹੰਗ ਸਿੰਘ ਦੀਆਂ ਜਿਹੜੀਆਂ ਫੌਜਾਂ ਕਿੰਨੀਆਂ ਜਿਹੜਾ ਇੱਥੇ ਭੀੜ ਆ ਵੀ ਨਿਹੰਗ ਸਿੰਘ ਹੀ ਸਾਰੇ ਦਿਸ ਰਹੇ ਆ ਘੋੜਿਆਂ ਉੱਪਰ ਆ ਰਹੇ ਆ ਸ਼ਸਤਰ ਧਾਰ ਕੇ ਕਿਆ ਬਾਈ ਫੋਟੋ ਖਿੱਚ ਰਿਹਾ ਇਹ ਵੀ ਹੈ ਨਾ ਫੋਟੋਆਂ ਵਾਲੇ ਵੀ ਮੇਰੇ ਵਾਂਗੂ ਬਥੇਰੇ ਤੁਰੇ ਫਿਰਦੇ ਆ ਵਿਚਾਰੇ। ਸੋ ਟੀ ਵੀ ਚੈਨਲ ਵਾਲੇ ਯੂਟਿਊਬਰ ਸੋ ਬਹੁਤ ਜ਼ਿਆਦਾ ਜਿਹੜਾ ਇੱਥੇ ਦੇਖਣ ਵਾਲਾ ਮਾਹੌਲ ਆ ਬਈ ਹੋਲੇ ਮਹੱਲੇ 'ਤੇ ਇਹ ਸਾਰੀਆਂ ਜਿਹੜੀਆਂ ਫੌਜਾਂ ਇਹ ਚੱਲੀਆਂ ਜੀ ਉੱਥੇ ਗਰਾਊਂਡ ਦੇ ਵਿੱਚ ਉੱਥੇ ਦਿਖਾਉਣਗੇ ਸਿੰਘ ਜੌਹਰ ਅਤੇ ਘੋੜ ਦੌੜਾਂ ਹੋਣਗੀਆਂ ਘੋੜੇ ਭਜਾਏ ਜਾਣਗੇ ਉਹਨਾਂ ਦੇ ਨਾਲ ਜਿਹੜੇ ਵੇਖਣ ਵਾਲੇ ਕਰਤੱਵ ਹੋਣਗੇ ਸਿੰਘਾਂ ਦੇ। ਸੋ ਦੇਖੋ ਇੱਦਾਂ ਦੋ ਦਲ ਬਣਾ ਕੇ ਯੁੱਧ ਦਾ ਅਭਿਆਸ ਕੀਤਾ ਜਾਂਦਾ ਸੀ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਵੀ ਅਤੇ ਇਹ ਆ ਜੀ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਜੋ ਕਿ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਆ। ਸੋ ਉੱਥੇ ਗਰਾਊਂਡ ਵਿੱਚ ਜਾ ਕੇ ਇੱਦਾਂ ਹੀ ਸਿੰਘ ਅਭਿਆਸ ਕਰਦੇ ਨੇ ਘੋੜੇ ਭਜਾਉਂਦੇ ਨੇ ਗੱਤਕੇ ਖੇਡਦੇ ਨੇ ਅਤੇ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ ਨੇ ਅਤੇ ਬਹੁਤ ਹੀ ਵਧੀਆ ਮਾਹੌਲ ਹੁੰਦਾ। ਆਪਾਂ ਤੁਰੇ ਜਾ ਰਹੇ ਹਾਂ ਨਾਲ ਨਾਲ ਉਸੇ ਗਰਾਊਂਡ ਵੱਲ ਅਤੇ ਵੇਖਾਂਗੇ ਉੱਥੇ ਜਾ ਕੇ ਵੀ ਅਤੇ ਨਿਹੰਗ ਸਿੰਘ ਵੇਖੋ ਜੀ। ਸੋ ਬਾਬਾ ਅਵਤਾਰ ਸਿੰਘ ਜੀ ਸੂਰ ਸਿੰਘ ਤਰਨਾ ਦਲ ਪੰਥ ਵਾਲੇ ਉਹ ਵੀ ਇੱਥੇ ਆ ਰਹੇ ਨੇ ਉਹ ਵੇਖੋ ਸਾਹਮਣੇ ਬਾਬਾ ਅਵਤਾਰ ਸਿੰਘ ਜੀ ਨਿਹੰਗ ਸਿੰਘਾਂ ਦੇ ਇਸ ਇਕੱਠ ਦੇ ਵਿੱਚ ਬਾਬਾ ਅਵਤਾਰ ਸਿੰਘ ਜੀ ਤਰਨਾ ਦਲ ਵਾਲੇ ਦੇਖੋ ਕਿਵੇਂ ਜਿਹੜੇ ਤੀਰ ਸ਼ਸਤਰ ਜਿਹੜੇ ਉਹ ਲੈ ਕੇ ਆ ਰਹੇ ਆ ਅਤੇ ਪਿੱਛੇ ਹਾਥੀ ਵੀ ਆ ਰਹੇ ਨੇ ਹਾਥੀ ਹਾਥੀਆਂ ਉੱਪਰ ਵੀ ਸਿੰਘ ਸਵਾਰ ਆ ਅਤੇ ਵੱਖਰੀ ਵੱਖਰੀ ਨਸਲ ਦੇ ਜਿਹੜੇ ਵਧੀਆ ਤੋਂ ਵਧੀਆ ਘੋੜੇ ਵੇਖਣ ਨੂੰ ਸਿੰਘਾਂ ਕੋਲ ਮਿਲਣਗੇ। ਦੇਖੋ ਜੀ ਹਾਥੀ ਵੀ ਆ ਗਿਆ ਇਹ ਆ ਜੀ ਹਾਥੀ ਦੇਖੋ ਸੰਗਤ ਕੋਠਿਆਂ ਉੱਪਰ ਵੀ ਚੜ੍ਹ ਕੇ ਦਰਸ਼ਨ ਕਰ ਰਹੀ ਆ ਖਾਲਸਾ ਫੌਜ ਦੇ। ਘੋੜੇ ਉੱਪਰ ਨਗਾੜੇ ਰੱਖੇ ਹੋਏ ਆ ਸਿੰਘਾਂ ਦੇ ਤੇ ਨਗਾੜੇ ਵੱਜ ਰਹੇ ਆ
ਦੇਖੋ ਵੀ ਸਾਹਮਣੇ ਆਪਾਂ ਗਰਾਉਂਡਵਰ ਨੂੰ ਜਾ ਰਹੇ ਹਾਂ ਅਤੇ ਸਾਹਮਣੇ ਨੈਣਾ ਦੇਵੀ ਦੀ ਜਿਹੜੀ ਪਹਾੜੀ ਆ ਉਹ ਦਿਸ ਰਹੀ ਆ, ਪਹਾੜ ਆ ਸਾਹਮਣੇ ਬਿਲਕੁਲ ਗਰਾਉਂਡ ਦੇ, ਉਹ ਸਾਹਮਣੇ ਵੇਖੋ ਜੀ ਗਰਾਊਂਡ ਦੇ ਸਾਹਮਣੇ ਜਿਹੜਾ ਸਭ ਤੋਂ ਉੱਚਾ ਪਹਾੜ ਦਿਸ ਰਿਹਾ ਉਹ ਕਹਿੰਦੇ ਜੀ ਨੈਣਾ ਦੇਵੀ ਦਾ ਮੰਦਰ ਆ, ਉੱਥੇ ਮੰਦਰ ਆ ਨੈਣਾ ਦੇਵੀ ਦਾ। ਅਤੇ ਦੇਖੋ ਸੰਗਤ ਕਿਸ ਤਰ੍ਹਾਂ ਪੰਡਾਲ ਜਿਹੜਾ ਭਰੀ ਜਾਂਦਾ ਅਤੇ ਕੋਸੀ ਟਾਈਮ ਆ, ਦੇਖੋ ਇੱਥੇ ਵੀ ਪੈਰ ਧਰਨ ਨੂੰ ਜਿਹੜਾ ਆਪਾਂ ਨੂੰ ਥਾਂ ਨਹੀਂ ਦਿਸਣਾ। ਲਓ ਜੀ ਘੋੜ ਦੌੜਾ ਹੋ ਗਿਆ ਸ਼ੁਰੂ, ਵੇਖੋ ਫਿਰ ਘੋੜ ਸਵਾਰ ਸਿੰਘ ਜੌਹਰ ਦਿਖਾਉਂਦੇ ਹੋਏ, ਦੇਖੋ ਖੜ ਕੇ ਘੋੜਾ ਚਲਾ ਰਿਹਾ, ਉਹ ਕਿੱਲੇ ਪੱਟ ਰਹੇ ਆ ਜੀ, ਭਾਲੇ ਦੇ ਨਾਲ ਕਿੱਲੇ ਪੱਟ ਰਹੇ ਆ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਸਿੰਘ। ਅਤੇ ਸੰਗਤ ਦੇ ਦਰਸ਼ਨ ਕਰੋ ਜੀ ਕਿਵੇਂ, ਜਿਹੜੀ ਪੈਰ ਧਰਨ ਨੂੰ ਥਾਂ ਨਹੀਂ ਇੰਨੀ ਸੰਗਤ, ਦੇਖੋ ਇੱਧਰ ਪੰਡਾਲ ਦੇ ਵਿੱਚ ਸੰਗਤ ਜਿਹੜੀ ਕੋਠਿਆਂ ਦੇ ਉੱਪਰ ਚੜੀ ਫਿਰਦੀ ਆ ਬਾਈ, ਦੇਖੋ ਉੱਧਰ ਦੇਖੋ ਕਿਵੇਂ ਕੋਠਿਆਂ ਦੇ ਉੱਪਰ ਵੀ ਜਿਹੜੀ ਸੰਗਤ ਉਹ ਦੇਖ ਰਹੀ ਆ। ਹੁਣ ਖਿੱਚਦੀ ਪਿੰਡ ਨੂੰ ਤਿਆਰੀ, ਹਾਂ ਅੱਛਾ ਹਜੇ ਜਾਣਾ, ਕੱਲ੍ਹ ਸ਼ਾਮ ਨੂੰ ਜਾਵਾਂਗੇ ਘਰੇ। ਹੈ ਹੁਣ ਆਪਾਂ ਕਿਹੜੀ ਥਾਂ ਜਾਣਾ ਜੀ? ਵਿਛੋੜਾ ਸਾਹਿਬ, ਠੀਕ ਹੈ ਜੀ। ਲਓ ਜੀ ਹੁਣ ਜਿਹੜੀ ਆ ਸਮਾਪਤੀ ਹੋ ਗਈ ਆ ਅਤੇ ਇੱਥੋਂ ਲੰਗਰ ਦੀ,
ਅੱਜ ਹੋਲੇ ਮਹੱਲੇ ਵਾਲੇ ਦੇ ਦਿਨ ਜਿਹੜਾ ਸਾਡਾ ਲਾਸਟ ਦਿਨ ਸੀ ਤੇ ਹੁਣ ਜਾਣਗੇ ਪਰਿਵਾਰ ਵਿਛੋੜਾ ਸਾਹਿਬ। ਹਾਂ ਕਿਵੇਂ ਆ ਸਾਂਭਤਾ ਪਾਲਣਾ ਸੋ ਜਿੰਨੇ ਛੱਡ ਛੁੱਟ ਲਾਏ ਸੀਗੇ ਤੇ ਉਹ ਹੁਣ ਸੰਗਤ ਖੋਲ ਰਹੀ ਆ, ਚਾਦਰਾਂ ਖੋਲੀ ਜਾਂਦੇ ਉੱਪਰੋਂ ਤੇ ਥੱਲੋਂ ਵੀ ਜਿਹੜਾ ਸਮਾਨ ਉਹ ਸਾਰਾ ਤੰਬੂ ਤੁੰਬੂ ਦੇੜ ਕੇ ਇਕੱਠੇ ਕਰ ਰਹੀ ਆ ਸੰਗਤ। ਕਿਵੇਂ ਬਾਈ ਫਿਰ ਕਰਤੀ ਸਮਾਪਤੀ ਤੇ ਹੁਣ ਆਪਾਂ ਕਿੱਥੇ ਜਾਣਾ ਜੀ? ਹੈਂਜੀ ਪਰਿਵਾਰ ਵਿਛੋੜੇ ਜਾਣਾ। ਡਰਿੱਲ ਦੇ ਨਾਲ ਸਕਰੂ ਖੋਲੇ ਜਾ ਰਹੇ ਆ ਜਿਹੜੇ ਚਾਦਰਾਂ ਦੇ ਉੱਪਰ ਕਸੇ ਸੀ ਤੇ ਚਾਦਰਾਂ ਲਾਹ ਦੇਣੀਆਂ ਤੇ ਆਹ ਸਾਰੇ ਜਿਹੜੇ ਪਿੱਲਰ ਪੁੱਲਰਾਂ ਖੋਲ੍ਹ ਕੇ ਟਰੱਕਾਂ ਦੇ ਵਿੱਚ ਲੋਡ ਕਰਕੇ ਤੁਰ ਪੈਣਾ ਬਸ ਰਾਹ ਦੇ ਵਿੱਚ। ਪਰਿਵਾਰ ਵਿਛੋੜਾ ਅਤੇ ਹੋਰ ਜੋ ਗੁਰਦੁਆਰੇ ਆਉਣਗੇ ਚਮਕੌਰ ਸਾਹਿਬ ਹਰ ਥਾਂ ਸੰਗਤ ਨੇ ਮੱਥਾ ਟੇਕ ਕੇ ਜਾਣਾ, ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਲੰਗਰ ਵਾਲਾ ਕੰਮ ਇਹ ਬਹੁਤ ਵੱਡਾ ਹੋ ਜਾਂਦਾ ਹੈ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਅਤੇ ਜਿਹੜੇ ਬਾਹਰ NRI ਵੀਰ ਆ ਉਹਨਾਂ ਦੀ ਸਪੋਰਟ ਦੇ ਨਾਲ ਫਿਰ ਇਹ ਜਿਹੜੇ ਆ ਸਾਰੇ ਇਹ ਸੰਪੰਨ ਹੁੰਦੇ ਆ, ਸਿਖਰ ਚੜ੍ਹਦੇ ਆ। ਬਹੁਤ ਖਰਚਾ ਹੁੰਦਾ ਅਤੇ ਬਹੁਤ ਹੀ ਜ਼ਿਆਦਾ ਜਿਹੜੀ ਇੱਥੇ ਸੰਗਤ ਦੀ ਸੇਵਾ ਹੁੰਦੀ ਆ, ਦਿਨ ਭੋ ਰਾਤ ਸੰਗਤ ਸੇਵਾ ਕਰਕੇ ਜਿਹੜੀ ਇਹ ਲੰਗਰ ਦੀ ਸੇਵਾ ਨੇਪਰੇ ਚਾੜ੍ਹਦੀ ਆ। ਸੋ ਬਾਕੀ ਕਰੇ ਕਰਾਵੇ ਆਪੇ ਆਪ, ਗੁਰੂ ਸਾਹਿਬ ਅਤੇ ਜਿਹੜਾ ਓਟ ਆਸਰੇ ਦੇ ਨਾਲ ਹੀ ਸਾਰਾ ਕੁਛ ਹੁੰਦਾ ਕਿਉਂਕਿ ਉਹਨਾਂ ਦੀ ਰਜਾ ਬਿਨਾਂ ਪੱਤਾ ਨਹੀਂ ਹਿਲਦਾ, ਹੈ ਨਾ। ਅਤੇ ਪੇਚ ਪਾਈ ਖੋਲ੍ਹੀ ਜਾਂਦਾ ਡਰਿੱਲ ਨਾਲ ਅਤੇ ਚਾਦਰਾਂ ਵੇਖੋ ਆ ਸਿੱਟੇ ਪਏ ਆ, ਗਾਡਰ ਗੁਡਰ ਜੇ ਕੋਸੀ ਰਹਿ ਗਈਆਂ। ਸੋ ਜਿਸ ਤਰ੍ਹਾਂ ਇਹ ਸਾਰਾ ਸਮਾਨ ਖੋਲ੍ਹਿਆ ਜਾ ਰਿਹਾ ਵਾ ਅਤੇ ਉਸੇ ਤਰ੍ਹਾਂ ਹੀ ਇਹਨੂੰ ਫਿੱਟ ਕੀਤਾ ਸੀ ਆ ਕੇ, ਦੇਖੋ ਕਿੰਨਾ ਜ਼ਿਆਦਾ ਜਿਹੜਾ ਕੰਮ ਬਣ ਜਾਂਦਾ ਇਹ। ਅਤੇ ਤੁਹਾਨੂੰ ਇਹ ਸਾਰਾ ਜਿਹੜਾ ਲੰਗਰ ਦਾ ਮੁੱਢ ਤੋਂ ਸਿਖਰ ਤੱਕ ਦਿਖਾਇਆ ਵੀ ਕਿਵੇਂ ਲੰਗਰ ਲਾਏ ਜਾਂਦੇ ਆ ਅਤੇ ਕਿਸ ਤਰ੍ਹਾਂ ਸਾਰੀ ਤਿਆਰੀ ਕੀਤੀ ਜਾਂਦੀ ਆ। ਅਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਚੈਨਲ ਸਾਡਾ ਸਬਸਕ੍ਰਾਈਬ ਕਰੋ, ਕਮੈਂਟ ਕਰਿਆ ਕਰੋ ਅਤੇ ਲਾਈਕ ਕਰਿਆ ਕਰੋ, ਸਾਡੇ ਚੈਨਲ ਨੂੰ ਕਰਿਆ ਕਰੋ ਸਪੋਰਟ। ਅਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਜਿਹੜਾ ਚੰਗੇ ਤੋਂ ਚੰਗਾ ਜਿਹੜਾ ਤੁਹਾਡੇ ਅੱਗੇ ਕੰਟੈਂਟ ਲੈ ਕੇ ਆਈਏ। ਜਿੱਥੇ ਸੱਚੇ ਪਾਤਸ਼ਾਹ ਮਰ ਜਾਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਵੇਖਿਆ ਸੋਹੀ ਹੈ ਸਭਨਾ ਦਾ ਵਿਸਾਹੋ। ਆਪਾਂ ਖੇਤੀ ਕਿਸਾਨਾਂ ਨੂੰ ਮਹਾਰਾਜ ਕਿਰਪਾ ਕਰੇ ਆਉਣ ਵਾਲਾ ਸਾਲ ਵਧੀਆ ਲੱਗੇ, ਹੋਰ ਵੀ ਵੱਧ ਚੜ੍ਹ ਕੇ ਕਿਸਾਨ ਸੇਵਾ ਕਰਨ ਇਸ ਲੰਗਰ ਦੇ ਵਿੱਚ, ਆਉਣ ਵਾਲਾ ਸਾਲ ਵੀ ਇਸੇ ਤਰ੍ਹਾਂ ਸਾਰਿਆਂ ਨੂੰ ਖੁਸ਼ੀਆਂ ਭਰਿਆ ਹੋਵੇ।
ਲਓ ਜੀ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਅਤੇ ਸੰਗਤ ਨੇ ਤੁਰ ਪੈਣਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਅਤੇ ਸਾਰਾ ਸਮਾਨ ਲੋਡ ਹੋ ਚੁੱਕਿਆ। ਇਸੇ ਤਰ੍ਹਾਂ ਹੀ ਜਿਹੜਾ ਰਾਸਤੇ ਦੇ ਵਿੱਚ ਤਾੜੀ ਸਾਹਿਬ ਗੁਰਦੁਆਰਾ, ਚਮਕੌਰ ਸਾਹਿਬ ਗੁਰਦੁਆਰਾ ਅਤੇ ਹੋਰ ਵੀ ਜਿੰਨੇ ਗੁਰੂ ਦੇ ਗੁਰਦੁਆਰਾ ਸਾਹਿਬ ਆਉਣੇ ਆ, ਉੱਥੇ ਸੰਗਤ ਨੇ ਨਮਸਕਾਰ ਕਰਦੇ ਹੋਏ, ਦਰਸ਼ਨ ਕਰਦੇ ਹੋਏ ਪਿੰਡ ਵੱਲ ਨੂੰ ਚਾਲੇ ਪਾ ਦੇਣੇ ਆ ਜੀ। ਤੇ ਲਓ ਜੀ ਸੰਗਤ ਹੁਣ ਤੁਰ ਪਈ ਆ ਪਿੰਡ ਵੱਲ ਨੂੰ, ਤੇ ਰਸਤੇ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਆਉਣਗੇ, ਪਰਿਵਾਰ ਵਿਛੋੜਾ, ਤਾੜੀ ਸਾਹਿਬ, ਚਮਕੌਰ ਸਾਹਿਬ ਅਤੇ ਹੋਰ ਵੀ ਜਿੰਨੇ ਗੁਰੂ ਘਰ ਆਉਣਗੇ, ਉਹਨਾਂ ਦੇ ਤੁਹਾਨੂੰ ਜਿਹੜੇ ਦਰਸ਼ਨ ਆ ਸਾਡੇ ਅਗਲੇ ਬਲੌਗ ਦੇ ਵਿੱਚ ਕਰਾਵਾਂਗੇ। ਤਦ ਤੱਕ ਲਈ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।